ਇਵੇਂ ਇਹ ਤਾਂ ਇਹ ਥੀ ਗਿਆ ਸੱਜਣ। ਹੁਣ ਮੈਂ ਕਿੱਸਾ ਸੁਣਵੇਂਦਾ ਪਿਆ। ਇੱਕ ਹੈ ਕਾਂ, ਇੱਕ ਹੈ ਚਿੜੀ, ਦੋਹਾਂ ਦੀ ਯਾਰੀ ਹੈ। ਇੱਕ ਦਰਖਤ ਦੇ ਉੱਤੇ, ਇੱਕ ਵਣ ਦੇ ਉੱਤੇ ਆਲਣਾ ਹਾ, ਉੱਤੋਂ ਕਾਂ ਵਸਦਾ ਹਾ, ਹੇਠੋਂ ਚਿੜੀ ਵਸਦੀ ਹੈ। ਚਿੜੀ ਦੇ ਛੋਟੇ ਛੋਟੇ ਬੱਚੇ ਹਨ, ਕਾਂ ਨਿਕੰਗਲਾ ਹਾ। ਇੱਕ ਦਿਹਾੜੇ ਖੁਦਾ ਦੇ, ਸਭੇ ਦਿਹਾੜੇ ਖੁਦਾ ਦੇ, ਇਵੇਂ ਕਾਂ ਵੀ ਉੱਡਰ ਗਏ ਆਪਣਾ ਡਿੱਢ ਭਰਨ ਸਾਂਗੇ। ਚਿੜੀ ਆਪ ਚੁਗਣ ਸਾਂਗੇ ਗਈ ਹੈ, ਆਪਣੇ ਬੱਚਿਆਂ ਦੀ ਚੋਗ ਚੁਗਣ ਸਾਂਗੇ। ਵੱਲ ਆਈਏ, ਚਿੜੀ ਬੱਚਿਆਂ ਕੋ ਚੋਗ ਬੈਠੀ ਦਿੰਦੀ ਆਈ, ਉੱਤੋਂ ਭੌਂਦਾ ਡੋਂਦਾ ਕਾਂ ਆਏ, ਕਾਂ ਕੋ ਸ਼ਿਕਾਰ ਨਹੀਂ ਮਿਲਿਆ। ਕਾਂ ਆ ਕੇ ਹੱਕਲ ਦਿੱਤੀ ਹੈ ਚਿੜੀ ਕੋ ਕਿ ਮਾਈ ਚਿੜੀ, ਮਾਈ ਚਿੜੀ, ਉਹ ਆਖੇ ਜੀ, ਆਖੇ ਸੀ ਅੱਜ ਮੇਰੇ ਕੰਮੇ ਆ, ਕਾਫੀ ਅਰਸੇ ਦੀ ਤੇਰੀ ਮੇਰੀ ਯਾਰੀ ਹੈ। ਚਿੜੀ ਆਖੇ ਹੁਕਮ ਕਰ, ਕਾਂ ਆਖੇ ਇਵੇਂ ਹੈ, ਤੇ ਕੋ ਪਤਾ ਹੈ ਮੈਂ ਗੋਸ਼ਤ ਖੋਰ ਪੱਖੀ ਹਾਂ, ਮੈਂ ਕੋ ਅੱਜ ਸ਼ਿਕਾਰ ਨਹੀਂ ਮਿਲਿਆ, ਤੂੰ ਇਵੇਂ ਕਰ ਆਪਣੇ ਕੁਝ ਬੱਚੇ ਮੈਂ ਕੋ ਦੇ, ਤਾਂ ਕਿ ਮੈਂ ਆਪਣਾ ਡੇਢ ਭਰਾਂ। ਜੇ ਵੇਲੇ ਚਿੜੀ ਬੱਚਿਆਂ ਦੇ ਬਾਰੇ ਇਹ ਗੱਲ ਸੁਣੀਏ, ਉੱਥੇ ਹੀ ਬੁੱਢੀ ਗਈ ਹੈ, ਬੇਹੋਸ਼ ਥੀ ਗਈ ਹੈ। ਕੁਝ ਵੇਲੇ ਦੇ ਬਾਅਦ ਹੋਸ਼ ਆਏ ਸੀ, ਵਲਾ ਸੋਚਿਸ ਕਿ ਗੋਸ਼ਤ ਖੋਰ ਪੱਖੀ ਹੈ, ਔਰ ਡਾਢਾ ਹੈ ਇੱਕ ਨਾਹ ਕਰੇਂਦੀਆਂ ਵੇ ਮਰਦੀਆਂ, ਹਾ ਕਰੇਂਦੀਆਂ ਵੇ ਮਰਦੀਆਂ। ਆਖਰ ਸੋਚੇ ਸੀ, ਸੋਚਣ ਦੇ ਬਾਅਦ ਕਾਂ ਕੋ ਆਖਿਸ, ਕਾਂ ਵੇ ਕਾਂ, ਮੈਂ ਤੇਰਾ ਆਖਣ ਜ਼ਰੂਰ ਮੰਨਦੀਆਂ, ਮੈਂ ਆਪਣੇ ਬੱਚੇ ਜ਼ਰੂਰ ਤੱਕ ਪੇਸ਼ ਕਰਦੀਆਂ, ਲੇਕਿਨ ਮੇਰੀ ਇੱਕ ਸ਼ਰਤ ਹੈ। ਕਾਂ ਆਖੇ ਸ਼ਰਤ ਦੱਸਾ, ਚਿੜੀ ਆਖੇ ਸ਼ਰਤ ਜਾਏ ਕਿ ਤੂੰ ਹਰਾਮ ਪੱਖੀ ਹੈ, ਮੇਰੇ ਬੱਚੇ ਪਾਕ ਹਨ, ਤੇਰੀ ਚੁੰਝ ਪਲੀਤ ਹੈ, ਤੂੰ ਇਵੇਂ ਕਰ ਦਰਿਆ ਦੇ ਉੱਤੋਂ ਆਪਣੀ ਚੁੰਝ ਧੋਆ, ਵੱਲ ਤੱਕ ਮੈਂ ਬੱਚੇ ਪੇਸ਼ ਕਰਦੀਆਂ। ਕਾਂ ਮਾਰੀਏ ਉਡਾਰੀ ਸਿੱਧਾ ਦਰਿਆ ਤੇ ਗਏ, ਔਰ ਦਰਿਆ ਕੋ ਬਣ ਕੇ, ਇਹ ਤਿੱਡੇ ਵੀ ਅੰਦਰੋਂ ਹੋਏ, ਦਰਿਆ ਕੋ ਹਾਲ ਹਵੀਲਾ ਦਿੱਤੇ ਸੀ, ਔਰ ਆਖੇ ਸੀ ਕਿ ਧੋਂ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਦਰਿਆ ਆਖੇ ਮੇਰਾ ਪਾਣੀ ਪਾ ਕੇ ਤੇਰੀ ਚੁੰਝ ਪਲੀ ਤੇ, ਤੂੰ ਇਵੇਂ ਕਰ ਕਾਦੂ ਕੁੰਭਾਰ ਕੋਲੋਂ ਵੰਜ, ਔਰ ਉੱਥੋਂ ਕੋਲੋਂ ਠੂਲਾ ਘੇਨਾ ਮਿੱਟੀ ਦਾ, ਉਹਦੇ 'ਚ ਪਾਣੀ ਪਾ ਅਤੇ ਆਪਣੀ ਚੁੰਝ ਧੋ ਅਤੇ ਚਿੜੀ ਦੇ ਚੋਚਲੇ ਖਾ। ਗਏ ਕੁੰਭਾਰ ਕੋਲੋਂ ਸਾਰਾ ਹਾਲ ਹਾਲ ਵੀ ਲਾਡੀਤੇ, ਉਹ ਕੋ ਆਖੇ ਡੇ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਕੁੰਭਾਰ ਆਖੇ ਮੇਰੇ ਕੋਲੋਂ ਠੂਲਾ ਬਣਿਆ ਹੋਇਆ ਕੋਈ ਨਹੀਂ ਲਾਤਾ, ਤੂੰ ਜ਼ਿੰਮੇਦਾਰ ਕੋਲੋਂ ਵੰਜ, ਮਿੱਟੀ ਖਿੰਦਾ, ਮੈਂ ਤੇ ਕੋ ਠੂਲਾ ਬਣਾ ਕੇ ਦੇਣਾ, ਤੂੰ ਆਪਣੀ ਜ਼ਰੂਰਤ ਪੂਰੀ ਕਰ। ਗਏ ਜ਼ਿੰਮੇਦਾਰ ਕੋਲੋਂ, ਉਹ ਕੋ ਸਾਰਾ ਹਾਲ ਹਵੀਲਾ ਦਿੱਤੇ, ਉਹ ਕੋ ਆਖੇ ਡੇ ਮਿਟੂਲਾ, ਬਣਾਉ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਜ਼ਿੰਮੇਦਾਰ ਆਖੇ ਮੈਂ ਮਿੱਟੀ ਜ਼ਰੂਰ ਦਿੰਦਾ, ਲੇਕਿਨ ਮੇਰੀ ਇੱਕ ਸ਼ਰਤ ਹੈ ਕਿ ਤੂੰ ਹਰਣ ਦਾ ਸਿੰਘ ਘੇਨਾ, ਉਹਦੇ ਨਾਲ ਮਿੱਟੀ ਪੱਟ ਕੇ ਮੈਂ ਤੇ ਕੋ ਦੇ ਸਾਂ। ਗਏ ਚੋਲਿਸਤਾਨ ਦੇ ਇਲਾਕੇ ਦੇ ਵਿੱਚ, ਹਰਣ ਦਾ ਠਾਲਾ ਚਰਦਾ ਖੜਾ, ਇੱਕ ਹਰਣ ਦੇ ਸਿੰਘ ਦੇ ਉੱਤੇ ਵੰਨ ਕੇ ਬੈਠੇ, ਉਹ ਕੋ ਹਾਲ ਹਵੀਲਾ ਦਿੱਤੇ, ਉਹ ਕੋ ਆਖੇ ਡੇ ਸਿੰਘੂਲਾ, ਪੱਟੂ ਮਿਟੂਲਾ, ਬਣਾਉ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਹਰਣ ਆਖੇ ਮੈਂ ਸਿੰਘ ਜ਼ਰੂਰ ਲੈਣਾ, ਲੇਕਿਨ ਤੂੰ ਕੁੱਤਿਆਂ ਵਾਲੇ ਕੋ ਸ਼ਿਕਾਰੀ ਕੋਲ ਵੰਨ, ਕੁੱਤੇ ਖੇਨਾ ਮੈਂ ਕੋ ਮਾਰਨ, ਮੇਰਾ ਸ਼ਿਕਾਰ ਕਰਨ, ਵੱਲ ਤੂੰ ਮੇਰਾ ਸਿੰਘ ਚਾਹ ਵੰਨ। ਗਏ ਕੁੱਤਿਆਂ ਵਾਲੇ ਕੋਲੋਂ, ਉਹ ਕੋ ਆਪਣਾ ਹਾਲ ਪੇਰਾ ਦਿੱਤੇ, ਉਹ ਕੋ ਆਖੇ ਡੇ ਕਤੂਲਾ, ਮਾਰੂ ਹਰਨੂਲਾ, ਭੰਨੂ ਸਿੰਘੂਲਾ, ਪੱਟੂ ਮਿਟੂਲਾ, ਬਣਾਉ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਮੁਰਕ ਦੀ ਤਾੜੀ ਮਾਰੋ ਅੰਦਰ, ਇੱਥੇ ਹੀ ਰਲ ਕੇ ਆਖੋ ਵਾਹ ਵਾਹ, ਵਲਾ ਆਖੋ ਵਾਹ ਵਾਹ, ਤੇ ਵਾਹ ਵਾਹ। ਅੱਛਾ ਕੁੱਤੇ ਵਾਲੇ ਆਖੇ ਕਿ ਕੁੱਤੇ ਹਰਣ ਦੇ ਪਿੱਛੋਂ ਭਜਣ, ਕੁੱਤੇ ਬੁੱਖਣ, ਮਹਿਵਾਲ ਕੋਲ ਬੇਟ ਚੋਂ ਭਾਣ ਦੇ ਉੱਤੋਂ ਖੀਰ ਘੇਨਾ, ਇਹਨੇ ਕੋ ਪਿਲਾਉਂ, ਵੱਲ ਸ਼ਿਕਾਰ ਤੇ ਜੁਲਦੇ ਪਏ। ਗਏ ਮਹਿਵਾਲ ਕੋਲੋਂ ਕੋ ਸਾਰਾ ਹਾਲ ਦਿੱਤੇ, ਆਖੇ ਸਡੇ ਖਿਰੂਲਾ, ਪੀਵੇ ਕਤੂਲਾ, ਮਾਰੂ ਹਰਨੂਲਾ, ਭੰਨੂ ਸਿੰਘੂਲਾ, ਪੱਟੂ ਮਿਟੂਲਾ, ਬਣਾਉ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਮਹਿਵਾਲ ਆਖੇ ਮੰਝੀ ਭੁੱਖਿਆ ਹਨ, ਖਾ ਲੈ ਕੋਲੋਂ ਖਾ ਘਿਨਾ, ਇਹਨੇ ਕੋ ਖਵਾਉਂ। ਕਾਂ ਵੱਤ ਉਡਾਰੀ ਮਾਰੀਏ, ਖਾ ਲੈ ਕੋਲੋਂ ਗਏ, ਉਹ ਕੋ ਆਖੇ ਡੇ ਖਹੂਲਾ, ਖਾਵੇ ਮੰਝੂਲਾ, ਡੇਵੇ ਖਿਰੂਲਾ, ਪੀਵੇ ਕਤੂਲਾ, ਮਾਰੂ ਹਰਨੂਲਾ, ਭੰਨੂ ਸਿੰਘੂਲਾ, ਪੱਟੂ ਮਿਟੂਲਾ, ਬਣਾਉ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋਚਲਾ, ਚੋ ਮੁਰਕੋ ਮੁਰਕੋ। ਉਹ ਆਖਿਰ ਦੇ ਉੱਤੇ ਆਖੇ ਕਿ ਘਾਹ ਕੱਪੇ ਸੂ ਕਿਵੇਂ, ਤੂੰ ਵੰਨ ਜੁਮੇ ਲੁਹਾਰ ਕੋਲੋਂ ਡਾਤਰੀ ਘੇਨਾ। ਗਏ ਜੁਮੇ ਲੁਹਾਰ ਕੋਲੋਂ, ਉਹ ਡਾਤਰੀ ਬੈਠਾ ਹਾ ਤਪਾਈ, ਬੱਠੀ ਬੈਠਾ ਬਖਾਈ, ਉਹ ਕੋ ਆਖੇ ਸੀ ਕਿ ਡੇ ਡਤਰੂਲਾ, ਕੱਪੂ ਖਹੂਲਾ, ਖਾਵੇ ਮੰਝੂਲਾ, ਡੇਵੇ ਖਿਰੂਲਾ, ਪੀਵੇ ਕਤੂਲਾ, ਮਾਰੂ ਹਰਨੂਲਾ, ਭੰਨੂ ਸਿੰਘੂਲਾ, ਪੱਟੂ ਮਿਟੂਲਾ, ਬਣਾਉ ਠਹੂਲਾ, ਪਾਉ ਪਹੂਲਾ, ਧੋ ਚੁੰਝੂਲਾ, ਖਾਉ ਚਿੜੀ ਦਾ ਚੋ ਚਲਾ, ਚੋ ਮੁਰਕੋ ਮੁਰਕੋ।
ਲੁਹਾਰ ਆਖੇ ਮੈਂ ਡਾਤਰੀ ਦੇਣਾ ਚੈਸੇ ਕਿਵੇਂ ਕਾਂ ਆਖੇ ਕਿ ਮੇਰੀ ਕੰਠ ਤੇ ਰੱਖ ਲੁਹਾਰ ਆਖੇ ਲਾਲਚ ਨ ਕਰ ਡੂ ਟੋਟੇ ਥੀ ਆਵੇ ਸੇ ਮੋਇ ਆਵੇ ਸੇ ਕਾਂ ਆਖੇ ਡਾਤਰੀ ਦੇਵਣੀ ਨੀ ਵੀ ਦੇਵਣੀ ਹੂੰ ਆਖੇ ਮੈਂ ਦੇਣਾ ਅੱਛਾ ਜੇ ਮੇਰੀ ਕੰਠ ਤੇ ਰੱਖ ਬਸ ਇਵੇਂ ਸੰਨੀ ਨਾਲ ਲੁਹਾਰ ਡਾਤਰੀ ਚਾਹ ਕੇ ਰੱਤੀ ਲਾਲ ਪਾਉਂ ਬੜਕਦੀ ਕੜਕਦੀ ਹੋਈ ਇਵੇਂ ਕਾਂ ਦੀ ਕੰਠ ਦੇ ਉੱਤੇ ਰੱਖੀਏ ਅਗਲੀ ਗੱਲ ਬਾਅਦ ਹੀ ਦੱਸੇ ਸਾਂ ਪਹਿਲੇ ਤਾੜੀ ਮਾਰੋ ਵਾਹ ਵਾਹ ਹੁਣ ਰਲ ਕੇ ਆਖੋ ਚਾਹੇ ਇੱਕ ਦਫ਼ਾ ਵਾਹ 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 ਤੇ ਵਾਹ ਵਾਹ ਸੱਜਣੋ ਬਾਜੀ ਸ਼ੋ ਕੁਝ ਥੈ ਹੁਣ ਡਾਤਰੀ ਰੱਖੀਏ ਕਾਂ ਦੀ ਕੰਢ ਦੇ ਉੱਤੇ ਕਾਂ ਡੂ ਟੋਟੇ ਥੀ ਆ ਗਏ ਜਾਨ ਛੁੱਟੀ ਚੀੜੀ ਆਪਣੇ ਬੱਚੇ ਦੇ ਨਾਲ ਉੱਥਾਂ ਚਿਉ ਚਿਉ ਲਾਈ ਬੈਠੀ ਆ ਅਸਾਂ ਉਹਨਾਂ ਦਾ ਕਿੱਸਾ ਛੇੜੀ ਖੜਿਆ ਕਿੱਸਾ ਮੁੱਕਿਆ ਵਾਹ ਵਾਹ ਤੇ ਸੱਜਣੋ ਇਹਦੇ ਨਾਲ ਹੀ ਉਮੀਦ ਹੈ ਅੱਜ ਦਾ ਇਹ ਸੋਹਣਾ ਮਿੱਠੜਾ ਤੇ ਮਨ ਭਾਵਣਾ ਪ੍ਰੋਗਰਾਮ ਜਿਹੜਾ ਜੋ ਧਰਤੀ ਦੇ ਖੂਬਸੂਰਤ ਸ਼ਹਿਰ ਸਈਂ ਆਰਿਸ਼ ਗਿਲਾਨੀ ਸਈਂ ਦੀ ਕਿਤਾਬ ਦੀ ਖੁੰਡ ਖੁਲਾਈ ਦੇ ਮੌਕੇ ਦੇ ਉੱਤੇ ਵਸਤੀ ਕਾਜ਼ੀ ਦੇ ਵਿੱਚ ਸਜਾਇਆ ਗਿਆ ਤੁਹਾਨੂੰ ਬਹੁਤ ਚੰਗਾ ਲੱਗਾ ਸੀ ਮੈਂ ਦਿੱਲੀ ਤੌਰ 'ਤੇ ਮਸ਼ਹੂਰ ਹਾਂ ਪਰਵੇਜ਼ ਮੁਨੀਰ ਸਾਹਿਬ ਦਾ ਦਿੱਲੀ ਤੌਰ 'ਤੇ ਮਸ਼ਹੂਰ ਹਾਂ ਸ਼ਾਹਨਵਾਜ਼ ਕੁਰੇਸ਼ੀ ਸਾਹਿਬ ਦਾ ਇਮਰਾਨ ਫਰਾਜ਼ ਸਾਹਿਬ ਦਾ ਔਰ ਤੁਸਾਂ ਵਸਤੀ ਕਾਜ਼ੀ ਦੇ ਸਭੇ ਸੱਜਣੇ ਦਾ ਜਿਤਨੇ ਸ਼ੋਰਾ ਕਰਾਮ ਇੱਥੇ ਸ਼ਾਮਿਲ ਹਨ ਉਹਨਾਂ ਦਾ ਗੁਲੂਕਾਰਿਆਂ ਦਾ ਸਾਊਂਡ ਸਿਸਟਮ ਵਾਲਿਆਂ ਦਾ ਕੈਮਰਾਮੈਨ ਦਾ ਸਭ ਦਾ ਮਸ਼ਹੂਰ ਹਾਂ ਇਹ ਦੁਆ ਦੇ ਨਾਲ ਸੋਹਣੇ ਰੱਬ ਦੇ ਦਰ 'ਤੇ ਵੰਝ ਕੇ ਰਲ ਕੇ ਮੰਗੂ ਰਲ ਕੇ ਆਖੂੰ ਕਹੀਂ ਕੋਈ ਤਕਲੀਫ ਨਾ ਪਹੁੰਚੇ ਕਹੀਂ ਕੋਈ ਤੱਤੀ ਵਾਰ ਨਾ ਲੱਗੇ ਕਹੀਂ ਦੇ ਸੰਗਤੀ ਦੂਰ ਨਾ ਥੀਵੇਨ ਸੱਜਣ ਸੱਜਣੇ ਨਾਲ ਪੇ ਜੀਵਨ ਮਨ ਵਿੱਚ ਮੇਲ ਮੁਹੱਬਤਾਂ ਹੋਵੇਨ ਭੋਏ ਤੇ ਢੇਰ ਬਹਾਰਾਂ ਹੋਵੇਨ ਸੋਸ ਉਭਰਦਾ ਸਿਜਵੀ ਆਪਣਾ ਖਿਲਦੇ ਮੂੰਹ ਦਿਖਲਾਵੇ ਅਤੇ ਆਂਦਾ ਨਵਾਂ ਡੀਂਹ ਹਮੇਸ਼ਾ ਖੁਸ਼ੀਆਂ ਗਿਣਤੇ ਆਵੇ ਆਪਣੇ ਮੇਜ਼ਬਾਨ ਆਰਿਫ ਮਲਗਾਣੀ ਕੋ ਢੇਰ ਢੇਰ ਦੁਆਈ ਅਤੇ ਢੇਰ ਢੇਰ ਮੁਹੱਬਤਾਂ ਦੇ ਨਾਲ ਦੇਸੋ ਇਜਾਜ਼ਤਾਂ ਔਰ ਮੈਂ ਦਿੱਲੀ ਤੌਰ 'ਤੇ ਮਸ਼ਹੂਰ ਹਾਂ ਆਪਣੇ ਭਾਈ ਰਿਆਜ਼ ਖਾਨ ਸੁਰਾਣੀ ਸਾਹਿਬ ਦਾ ਲਾਲਾ ਕੈਮਰੇ ਕੋਲ ਉਸ ਪਾਸਾ ਕਰ ਔਰ ਜੁਮਲ ਜਹਾਨ ਦਾ ਖੈਰਾ ਮੰਗੋ ਹਰ ਇਨਸਾਨ ਦਾ ਖੈਰਾ ਮੰਗੋ ਕਮਤਾ ਰਾਹ ਦੇ ਸਾਰੇ ਮਾਰਕਾ ਪਾਕਿਸਤਾਨ ਦਾ ਖੈਰਾ ਮੰਗੋ ਇਵੇਂ ਰਲ ਕੇ ਨਾਰੇ ਦਾ ਜਵਾਬ ਟਿਕ ਟਿਕਾ ਕੇ ਪਾਕਿਸਤਾਨ ਜ਼ਿੰਦਾਬਾਦ।